सत श्रीकाल जी, स्वागत है फैक्ट्री न्यूज़ से। तुहाडे नाल मैं मनप्रीत गिल। तुसी सोचना है कि 1 लाख बंदा, 1 लाख तो वध भी हो सकता है जिहड़ा कौमी इंसाफ मोर्चे दे विच रोज़ आउंदा है, ते इन्ने जणियां दा लंगर किवें तैयार हुंदा होगा, प्रशादा उहनां दे लई किवें बणदा होगा, सब्जियां उहनां दे लई किवें बणदियां होणगियां, क्योंकि इत्थे खीर, दाल, सब्जी, चौल ते नाल लगदी प्रशादे दा लंगर हमेशा तैयार हुंदा, जिन्ने मर्जी लोक आ जाण छक लैण। सो अज तुहानूं दिखावांगे कि लखां लोकां दा लंगर मशीनां दे नाल तैयार हुंदा है। मशीनां ला दित्तियां ने गोल, जिहड़ा गोल चौंकां दा शहर है चंडीगढ़, उस चंडीगढ़ दीआं सड़कां ते, चंडीगढ़ दीआं सड़कां ते किसे ने नहीं सोचिया कि एक दिन इहो जिहा आऊगा कि पंजाबियों नूं, सिख कौम नूं, अपने योधियां नूं जेलां दे विच्चों रिहा करवाउण दे लई संघर्ष करना पऊगा। ते इहनां सड़कां ते जिथे आवाजाई कदे रुकदी नहीं सी, गड्डियां हमेशा आउंदियां जांदियां रहिंदियां सी, उहनां सड़कां ते कदे जिहड़ियां मशीनां लग जाणगियां, उह मशीनां की करनगियां, लंगर तैयार करनगियां। ते मशीनां लगियां होईयां ने, इह मशीन दे विच कुछ नहीं करना, आटा गुन्न के बस पा देना। वह अगे तुहानूं दिखावांगे कि आटा गुन्न के पैंदा कित्थे आ। वह सामने बक्सा लग्या होया, वह बक्से दे विच आटा गुन्न के पा दिंदे ने, उस तों बाद आपे भेड़े निकलदे ने, आपे रोटी बेली जांदी आ, गोल रोटी बन के, पतला प्रशादा बन के तैयार हो जांदा, आप दी आप रोटी पक जांदी आ। ਇਹ ਸਾਰੀਆਂ ਮਸ਼ੀਨਾਂ ਲਿਆ ਕੇ ਸਿੰਘਾਂ ਨੇ ਲਾ ਦਿੱਤੀਆਂ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ। ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ ਬਾਪੂ ਜੀ। ਲੋਕ ਦੁਚਿੱਤੀ ਦੇ ਵਿੱਚ, ਅਸੀਂ ਕਹਿੰਦੇ 1 ਲੱਖ ਤੋਂ ਵੱਧ ਲੋਕ ਇੱਥੇ ਆਉਂਦੇ ਜਾਂਦੇ ਨੇ ਮੋਰਚੇ ਦੇ ਵਿੱਚ, ਇੰਨੇ ਲੋਕਾਂ ਦਾ ਲੰਗਰ ਤਿਆਰ ਕਿਵੇਂ ਹੁੰਦਾ, ਤਾਂ ਪਤਾ ਲੱਗ ਗਿਆ ਵੀ ਭਾਈ ਮਸ਼ੀਨਾਂ ਲੱਗੀਆਂ ਹੋਈਆਂ ਨੇ। ਕਿੰਨੇ ਕੁ ਪ੍ਰਸ਼ਾਦੇ ਮਸ਼ੀਨ ਤਿਆਰ ਕਰ ਦਿੰਦੀਆਂ, ਕਿੰਨੇ ਕੁ ਸਮੇਂ 'ਚ? ਇਹ ਤਾਂ ਵੀਰ ਹੁਣ ਕਦੇ ਧਿਆਨ ਨਹੀਂ ਕਰਿਆ ਹੈਗਾ ਵੀ ਜਿਹੜੀ ਸੰਗਤ ਨੂੰ ਪੂਰੀ ਪੈ ਰਹੀ ਹੈ, ਲੰਗਰ ਪੂਰਾ ਚੱਲ ਰਿਹਾ। ਹਾਂ, ਇਹ ਕੋਈ ਘਾਟ ਨਹੀਂ ਹੈ, ਕਿਸੇ ਤਰ੍ਹਾਂ ਨਹੀਂ ਆਉਂਦੀ, ਘਾਟ ਨਹੀਂ ਆਉਂਦੀ, ਪੂਰਾ ਲੰਗਰ ਉਹਨੂੰ ਮਿਲ ਰਿਹਾ। ਘਾਟ ਤਾਂ ਬਾਬਾ ਜੀ ਅੱਜ ਤੱਕ ਨਹੀਂ ਆਈ, 20 ਰੁਪਏ ਦਾ ਲੰਗਰ ਸ਼ੁਰੂ ਕਰੇ ਵਾ। ਬਿਲਕੁਲ 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 ਬਾਪੂ ਜੀ। ਅਤੇ ਇੱਕੇ ਟਾਈਮ ਰੋਟੀਆਂ ਲਾਉਂਦੇ ਹੋ ਜਾਂ ਮਸ਼ੀਨ ਚੱਲੀ ਜਾਂਦੀ ਹੈ, ਜਾਂ 1-2 ਵਜੇ ਖਤਮ ਹੋ ਜਾਂਦੀਆਂ ਫਿਰ ਸ਼ੁਰੂ ਕਰ ਦਿੰਦੇ? ਨਹੀਂ, ਨਾਲ ਦੇ ਵਿੱਚ ਇੱਕ ਪੇੜਾ ਨਿਕਲਦਾ, ਦੂਜੀ ਪੇੜਾ ਹੋਰ ਆ, ਦੇਖੋ। ਬਿਲਕੁਲ ਬਿਲਕੁਲ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥੋੜ੍ਹਾ ਜਿਹਾ ਨੇੜੇ ਆ ਜਾਵੇ। ਹਾਂ, ਆਹ ਦੇਖੋ, ਇੱਕ ਪੇੜਾ ਪਾਇਆ, ਉਹ ਨਿਕਲ ਗਿਆ, ਦੂਜਾ ਪਾ ਦਿੱਤਾ, ਕੁਛ ਨਹੀਂ ਕਰਨਾ। ਆਹ ਦੇਖੋ, ਉਹ ਪੇੜਾ ਨਿਕਲ ਗਿਆ। ਮੇਰੇ ਪੇੜੇ ਵੀ ਆਪੇ ਵੇਲੇ ਜਾਂਦੇ ਨੇ ਜੀ? ਪੇੜੇ ਉਹ ਪੇੜੇ ਨਹੀਂ ਵੇਲਦੇ, ਪੇੜੇ ਸਿਰਫ ਉਹ ਕਟਿੰਗ ਕਰਦੇ ਆ, ਬਾਕੀ ਜਿਹੜੇ ਆ ਇਹਦੇ ਵਿੱਚ ਇਹਨੇ ਆਪੇ ਗੋਲ ਕਰੀ ਜਾਣੀ ਹੈ, ਪ੍ਰੈਸ ਕਰੀ ਜਾਣੀ ਹੈ, ਪ੍ਰੈਸ ਕਰਕੇ ਘਰ ਨਿਕਲੀ ਜਾਂਦਾ। ਆਹ ਦੇਖੋ, ਪੇੜਾ ਮੈਂ ਇੱਥੇ ਪਾਇਆ, ਆਹ ਦੇਖੋ ਨਿਕਲ ਰਿਹਾ ਨਾ, ਬਸ ਇਹੋ ਹੀ ਆ। ਬਿਲਕੁਲ ਬਿਲਕੁਲ ਜੀ। ਸੋ ਇਹ ਮਸ਼ੀਨ ਜਿਹੜੀ ਰੋਟੀਆਂ ਤਿਆਰ ਕਰ ਦਿੰਦੀ ਆ, ਗਰਮ ਹੈ ਮਸ਼ੀਨ, ਇਹ ਪੂਰੀ ਚਾਰੇ ਪਾਸੇ ਤੋਂ ਗਰਮ ਹੈ ਮਸ਼ੀਨ ਨੂੰ, ਵੈਸੇ ਵੀ ਹੱਥ ਨਹੀਂ ਲਾਉਣਾ ਹੁੰਦਾ, ਇਹਦੇ 'ਤੇ ਲਿਖਿਆ ਹੋਇਆ ਕਿ ਗਰਮ ਹੈ ਮਸ਼ੀਨ। ਜਿਹੜੇ ਵੀ ਇੱਥੇ ਸੇਵਾ ਕਰਦੇ ਨੇ ਉਹ ਸਾਰੇ ਦੂਰ ਰਹਿ ਕੇ ਸੇਵਾ ਕਰਦੇ ਨੇ, ਮਸ਼ੀਨ ਨੂੰ ਵੀ ਨਹੀਂ ਹੱਥ ਲਾਉਂਦੇ ਕਿਉਂਕਿ ਮਸ਼ੀਨ ਤਪਦੀ ਹੈ। ਅਤੇ ਪ੍ਰਸ਼ਾਦਾ ਤਿਆਰ ਹੋ ਜਾਂਦਾ, ਇੱਧਰ ਭੈਣ ਜੀ ਬੈਠੇ ਨੇ, ਇਹਨਾਂ ਨੂੰ ਪ੍ਰਸ਼ਾਦਿਆਂ ਨੂੰ ਟੋਕਰੇ ਦੇ ਵਿੱਚ ਰੱਖੀ ਜਾਂਦੇ ਨੇ। ਸੋ ਉੱਧਰ ਉਹ ਮਸ਼ੀਨਾਂ ਲੱਗੀਆਂ ਹੋਈਆਂ ਨੇ, ਉਹ ਮਸ਼ੀਨਾਂ ਦੇ ਵਿੱਚ ਜਿਹੜਾ ਸਬਜ਼ੀਆਂ ਬਣਦੀਆਂ ਨੇ, ਇਹਨਾਂ ਦੇ ਵਿੱਚ ਖੀਰ ਬਣਦੀ ਆ ਸਟੀਮ ਦੇ ਨਾਲ। ਅਤੇ ਇੱਥੇ ਸਭ ਤੋਂ ਜ਼ਰੂਰੀ ਗੱਲ ਜਿਹੜੀ ਦੱਸਣੀ ਬਣਦੀ ਉਹ ਇਹ ਹੈ ਕਿ ਇੱਥੇ ਨਾ ਤਾਂ ਗੈਸ ਦੀ ਲੋੜ ਹੈ, ਨਾ ਅੱਗ ਦੀ ਲੋੜ ਹੈ, ਸਟੀਮ ਵਾਲਾ ਸਿਸਟਮ ਲੱਗਿਆ ਵਾ, ਉਹ ਸਟੀਮ ਵਾਲੇ ਸਿਸਟਮ ਦੇ ਨਾਲ ਇਹ ਜਿਹੜੀਆਂ ਸਬਜ਼ੀਆਂ ਤਿਆਰ ਹੋ ਜਾਂਦੀਆਂ ਨੇ, ਇਹਨਾਂ ਦੇਗਿਆਂ ਦੇ ਵਿੱਚ ਸਬਜ਼ੀਆਂ ਬਣਦੀਆਂ ਨੇ। ਸੋ ਇਹ ਤਸਵੀਰਾਂ ਕੌਮੀ ਇਨਸਾਫ ਮੋਰਚੇ ਦੀਆਂ ਨੇ, ਕਿਸੇ ਨੇ ਨਹੀਂ ਸੀ ਸੋਚਿਆ ਕਿ ਇਹੋ ਜਿਹਾ ਦਿਨ ਆਵੇਗਾ ਕਿ ਇੱਥੇ ਮਸ਼ੀਨਾਂ ਦੇ ਨਾਲ ਪ੍ਰਸ਼ਾਦਾ ਤਿਆਰ ਕਰਨਾ ਪਊਗਾ, ਪਰ ਉਹ ਦਿਨ ਆ ਚੁੱਕਿਆ। ਅਤੇ ਤੁਹਾਨੂੰ ਦੱਸ ਦਿੰਦੇ ਹਾਂ, ਗੁਰੂ ਦੇਵ ਸਿੰਘ ਜਿੱਥੇ ਪਹੁੰਚ ਜਾਂਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਟਿੱਚਾ ਇਹੀ ਹੁੰਦਾ ਕਿ ਲੰਗਰ ਤਿਆਰ ਕਰੀਏ ਆਪਾਂ, ਅਤੇ ਲੰਗਰ ਇੱਥੇ ਜਿਹੜਾ ਤਿਆਰ ਬਰ ਤਿਆਰ ਹਮੇਸ਼ਾ ਮਿਲਦਾ, ਅਤੇ ਉੱਧਰ ਵੀ ਦੇਗਿਆਂ ਦੇ ਵਿੱਚ ਜਿਹੜੀਆਂ ਸਬਜ਼ੀਆਂ ਭਾਜੀਆਂ ਬਣਦੀਆਂ ਨੇ। ਇੱਥੇ ਅਸੀਂ ਖੁਦ ਇੱਥੇ ਆਉਂਦੇ ਹਾਂ ਰੋਜ਼, ਅਤੇ ਇੱਥੇ ਇੱਕ ਟਾਈਮ ਦਾ ਲੰਗਰ ਅਸੀਂ ਵੀ ਛੱਕ ਕੇ ਜਾਂਦੇ ਹਾਂ। ਉਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ, ਉੱਥੇ ਲੱਕੜਾਂ ਲਾ ਕੇ ਅੱਗ ਬਲ ਜਾਂਦੀ ਆ, ਉਹ ਤੋਂ ਬਾਅਦ ਸਟੀਮ ਦੇ ਨਾਲ ਸਾਰਾ ਸਿਸਟਮ ਚੱਲਦਾ, ਸਾਰਾ ਸਿਸਟਮ ਇੱਥੇ ਸਟੀਮ ਦੇ ਨਾਲ ਚੱਲਦਾ। ਉਹ ਲਾ ਦਿੱਤੀ ਆ, ਗੁਰੂ ਦੇਵ ਸਿੰਘ ਉੱਥੇ ਖੜ੍ਹੇ ਨੇ, ਸੇਵਾ ਸਾਰਿਆਂ ਨੇ ਆਪਣੀ ਆਪਣੀ ਵੰਡੀ ਹੋਈ ਹੈ, ਸਾਰੇ ਟਾਈਮ ਦੇ ਨਾਲ ਪੱਕੇ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ। ਆਹ ਇੱਕ ਬਾਈ ਜੀ ਇੱਧਰ ਗ੍ਰੈਂਡ ਕਰ ਰਹੇ ਨੇ ਮਿਰਚਾਂ, ਇੱਥੇ ਮਸਾਲੇ ਤਿਆਰ ਹੋ ਜਾਂਦੇ ਨੇ, ਮਿਰਚਾਂ ਗ੍ਰੈਂਡ ਕਰਕੇ ਉਹ ਬਾਲਟੀ ਦੇ ਵਿੱਚ ਉਹਨਾਂ ਨੇ ਭਰ ਲਈਆਂ, ਇੱਥੇ ਹੋਰ ਮਸਾਲੇ ਦੇ ਅਦਰਕ ਪਈ ਆ, ਅਦਰਕ ਕੁੱਟ ਲੈਣਗੇ, ਉਹਨੂੰ ਗ੍ਰੈਂਡ ਕਰ ਦੇਣਗੇ। ਇੱਥੇ ਡਰੰਮ ਪਏ ਨੇ ਦੁੱਧ ਦੇ, ਕਿਉਂਕਿ ਖੀਰ ਵੀ ਇੱਥੇ ਤਿਆਰ ਹੁੰਦੀ ਹੈਗਾ, ਕਈ ਵਾਰ ਅੱਜ ਤਾਂ ਖੀਰ ਵੀ ਬਣੀ ਹੋਈ, ਇੱਧਰ ਸਬਜ਼ੀ ਬਣ ਰਹੀ ਆ, ਕੜੀ ਬਣ ਰਹੀ ਆ, ਦੇਖ ਲਓ ਇੱਥੇ ਇਹੀ ਜੀ ਕੜੀ ਜੇ ਕਿਸੇ ਹੋਟਲ 'ਚ ਜਾਊਂਗਾ ਉੱਥੇ ਨਹੀਂ ਹੋਊਗੀ, ਜਿੰਨੇ ਪਕਵਾਨ ਇੱਥੇ ਹੋਣਗੇ ਯਾਰ ਉਹਨਾਂ ਦਾ ਸਵਾਦ ਜਿਹੜਾ ਹੋਟਲਾਂ ਨੂੰ ਮਾਤ ਪਾਉਂਦੇ, ਤਾਂ ਸ਼ੁਰੂ ਤੋਂ ਗੁਰੂ ਦੀ ਬਖਸ਼ਿਸ਼ ਆ ਕਿ ਲੰਗਰ ਦੀ ਚੀਜ਼ ਕਦੇ ਮਾੜੀ ਵੀ ਨਹੀਂ ਹੁੰਦੀ, ਸਭ ਤੋਂ ਸਵਾਦ ਹੁੰਦੀ ਹੈ। ਅਤੇ ਇੱਧਰ ਜਿਹੜਾ ਮਸਾਲਾ ਬਣਾਇਆ ਜਾ ਰਿਹਾ, ਇੱਥੇ ਸਬਜ਼ੀ ਬਣੂਗੀ, ਸਿੰਘ ਸਾਹਿਬ ਸੇਵਾ ਕਰ ਰਹੇ ਨੇ। ਇੱਧਰ ਸਮੱਗਰੀ ਪਈ ਆ, ਹੋਰ ਲੂਣ ਮਿਰਚ ਮਸਾਲੇ ਪਏ ਨੇ, ਇੱਧਰ ਸਮੱਗਰੀ
सारी पई है। सो इस तरीके लंगर है जो कौमी इंसाफ मोर्चे तैयार होंगे। कई लोग सोचते हैं कि भाई इन्ने लोग आते हैं उत्थे लंगर बनाने के कितने दिक्कत तो नहीं आती होगी, किन्ने क सेवा करते होंगे लोग, किन्ने क लोग होंगे। सो ये सब्जियां भाजियां पईयां ने, इधर देख लो बड़े बड़े लफाफे थैले भरे पे ने, प्याजा के टमाटर के करेट पे ने, गोभी है जी लफाफिया पई है। सो ये बालन भी पिया इतने, तो वो जड़ा सामने लग्या होया तंबू वो आटा पिया, एक अद्धा थैला नहीं घट्टो घट्ट 50 थैले होणगे आटे दे, इहदे अंदर आटा पिया। सो ये मैं कहूँगा कैमरा मैन थोड़ा जिहा नेड़े होकर दिखा दे, भाई दालां आ गई ने, नमक आ चुके, इतने कोई ना कोई सेवा करा के जाता रहिंदा सिंह। सो जेकर किसी ने सेवा करनी है भी थोड़ा बहुत राशन भी दे सकता है। आलूआं दीआं करेटा पईआं ने, 20-25 सेवादार इतने सेवा कर रहे हैं, सब्जियां भाजियां कट रहे हैं, बिचे महिलावां ने, बिचे वीर ने जिहड़े आने सब्जियां भाजियां कट रहे हैं। एक पासे महिलावां मटर कढ़ दियां ने, एक पासे बापू जी नहीं बैठे मटर कढ़ते हैं, तो एक पासे आह वीर जी नहीं अपने जिहड़े आलू कटते हैं। सो ए वख वख सेवा करते हैं। कहिंदे हुंदे सी पहलां कि किते ख्याल रखण सरकारां भी किते, जिहड़े जदों दिल्ली विखे धरना लग्गिया सी उत्थे हरियां झंडियां लेके पहुंचे सी किसान, तो पंजाबी ये गल कहिंदे सी कि सरकारां ख्याल रखण किते हरे तो केसरी रंग ना हो जाण झंडियां दे, पर हुण ओह टाइम आ चुक्या हरे तो केसरी रंग झंडियां दे हो चुके ने। इधर बीबिया मटर कढ़दियां ने, भाई साहब भी बैठे हुए सेवा करते हैं। सो ये लगातार इत्थे खाना तैयार मिलता, सेवा तैयार बर तैयार चल रही है। क्योंकि अच्छा एक गल होर भी है, सारिया के चेहरे खिले हुए ने, सारे मुस्करा रहे हैं, गल्लां कर रहे हैं अपनिया, कोई नाम जप रहा है, इत्थे कीर्तन भी हमेशा चलता रहिंदा कीर्तन भी हमेशा। सो कीर्तन का जस रस भी लेंदे ने इत्थे सारे। तो एक तुहानू होर दिखावांगे जिथे भांडे धोंदे ने, जिथे बर्तन धोंदे ने, तो उत्थे बर्तना के नाल नाल इत्थे वॉशिंग मशीनां भी रखी हुई ने। भी भाई जे कोई इत्थे सेवादार रहिंदा किसी ने कपड़े धोने ने, तो आ के इत्थे वॉशिंग मशीनां दे विच कपड़े भी धो ले, इत्थे वॉशिंग मशीनां भी पईआं ने, तां इह वी फ्री ने इत्थे, बस आओ अपने कपड़े पाओ धो लो, धोने आप पैंदे ने। जेकर कोई औखा तो इत्थे कोई ना कोई सिंह आके सेवा भी कर दिंदा, जेकर कोई बजुर्ग है वो तो नहीं कपड़े कुपड़े धोते जाते तो इत्थे कोई ना कोई उहदी हैल्प भी कर दिंदा। सो इत्थे वॉशिंग मशीनां भी रखी हुई ने, इधर भांडे धोते जा रहे ने, 20-25 के बंदे इधरले पासे भी लगे हुए ने, भांडे जिथे धोते जा रहे ने उत्थे भी जड़े हर एक ने अपनी ड्यूटियां वंडिया हुई हैं, सारे अपना अपना जड़ा योगदान पा रहे ने। टैंकर लियांदे हुए ने पानी दे भर के, बर्तन धोण वास्ते, पानी पीण वास्ते अलग अलग टैंकर खड़ाए हुए ने। सो इन्हें लंगर दियां तस्वीरां, लंगर बारे असीं तुहानूं दस्सिया किवें बणदा, किवें तैयार हुंदा, ते उत्थे हज़ारां ही जिहड़ी संगत आउंदी है, घट्टो घट्ट 100 बंदा एक बार बैठ के इत्थे लंगर छक लैंदा, एड्डा वड्डा पंडाल है। सो समय समय तुहाडे तक अपडेट पहुँचदी रहेगी। वीडियो चंगी लगी तां शेयर करो। कैमरामैन सुखजिंदर सिंह दे नाल मनप्रीत गिल, फैक्ट न्यूज़, चंडीगढ़।